ਸ਼ਰਫ ਨਵਾਜ਼ ਜੰਜੂਆ। ਸ਼ਰਫ ਜੰਜੂਆ ਜਿਹੜਾ ਮਾਸ਼ਾਅੱਲਾ ਉਹ ਪਾਕਿਸਤਾਨ ਦੀ ਕਬੱਡੀ ਦਾ ਸਭ ਤੋਂ ਸ਼ਰੀਫ ਔਰ ਖੂਬਸੂਰਤ ਜਿਹੜਾ ਪਲੇਅਰ ਹੈ ਉਹਨਾਂ ਵਿੱਚ ਉਹਨਾਂ ਦਾ ਸ਼ੁਮਾਰ ਆਉਂਦਾ। ਔਰ ਅਸੀਂ ਜਿੱਥੇ ਵੀ ਮੈਚ 'ਤੇ ਜਾਂਦੇ ਹਾਂ ਮਾਸ਼ਾਅੱਲਾ ਬੜਾ ਉਹ ਪਿਆਰ ਕਰਦੇ ਨੇ ਉਹਨਾਂ ਨੇ। ਇਹ ਹੈ ਹੀ ਨਹੀਂ ਕਿ ਮੇਰਾ ਇਤਨਾ ਨਾਮ ਹੈ, ਇਤਨਾ ਵੱਡਾ ਖਿਲਾੜੀ ਹੈ, ਕੋਈ ਲੋਕਲ ਪਲੇਅਰ ਹੈ। ਉਹ ਲੋਕਲ ਪਲੇਅਰ ਨਾਲ ਵੀ ਇੰਝ ਹੀ ਹੱਸ ਕੇ ਮਿਲਦਾ, ਉਹਦੇ ਨਾਲ ਗੋਲੇ ਦਾ, ਖੇਡੇ ਦਾ। ਔਰ ਕਿਸੇ ਵੀ ਮੈਚ 'ਤੇ ਜਿਤਨੀ ਅੱਛੀ ਵੀ ਉਹਦੀ ਗੇਮ ਹੋਵੇ, ਕੋਈ ਉੱਲੜਬਾਜ਼ੀ, ਕੋਈ ਫੋਲ ਨਹੀਂ ਕਰਨ ਲੱਗਾ, ਬਸ ਜੱਫਾ ਲਾ ਕੇ ਸਕੂਨ ਨਾਲ ਟੁਰ ਕੇ ਆ ਜਾਵੇਗਾ। ਵੈਦੁੱਲਾ ਰਾਜਪੂਤ, ਵੈਦੁੱਲਾ ਰਾਜਪੂਤ ਮਾਸ਼ਾਅੱਲਾ ਉਹ ਜਾਫੀ ਹੈ ਜਿਹੜਾ ਆਪਣੇ ਟਿੱਲੇ 'ਤੇ ਟਕਦਾ, ਕਬੱਡੀ ਨੂੰ ਜ਼ੋਰ ਨਾਲ ਤਰੋੜ ਕੇ ਟਕਦਾ। ਪਹਿਲੇ ਤਾਂ ਬੜਾ ਜ਼ੋਰ ਲਾਉਂਦਾ ਸੀ, ਹੁਣ ਮਾਸ਼ਾਅੱਲਾ ਉਸ ਆਪਣੀ ਕੋਈ ਰੂਟੀਨ ਚੇਂਜ ਕੀਤੀ ਹੈ। ਜਾਫੀ ਦਾ ਤਾਂ ਕੰਮ ਹੈ ਨਾ ਉੱਤੋਂ ਥੱਲਿਓ ਸਾਰਾ, ਜਿੱਥੋਂ ਕੋਈ ਦਾਲ ਲੱਗੇ ਮਾਰੇ, ਤਾਂ ਹੁਣ ਮਾਸ਼ਾਅੱਲਾ ਉਹ ਥੱਲਿਓ ਵੀ ਫੱਦਾ, ਉੱਤੋਂ ਵੀ ਲੱਗਦਾ, ਔਰ ਬੜੀ ਆਪਣੇ ਜਿਸਮ 'ਚ ਉਸ ਲਚਕ ਲੈ ਕੇ ਆਇਆ। ਔਰ ਇਸ ਟਾਈਮ ਹੀ ਉਹ ਕਨੇਡਾ ਗਏ ਆ, ਮਾਸ਼ਾਅੱਲਾ ਖੇਡ ਰਿਹਾ, ਪਾਕਿਸਤਾਨ ਦੇ ਪਹਿਲੇ ਨੰਬਰਾਂ 'ਚ ਆਉਂਦੇ ਉਹ ਵੀ। ਨਫੀਸ ਗੁੱਜਰ, ਨਫੀਸ ਗੁੱਜਰ ਵੀ ਮਾਸ਼ਾਅੱਲਾ ਗੁਜਰਾਂ ਦਾ ਨਾਮ ਬਹੁਤ ਜ਼ਿਆਦਾ ਬੁਲੰਦ ਕੀਤਾ। ਇਸ ਟਾਈਮ ਹੀ ਉਹ ਕਨੇਡਾ ਖੇਡ ਰਿਹਾ, ਔਰ ਇੱਕ ਪਲੇਅਰ ਇੰਡੀਆ ਦਾ ਜਿਹੜਾ ਕੈਪਟਨ ਆਈ ਉਸ ਨੂੰ ਜੱਫਾ ਨਾ ਹੀ ਹੋ ਰਿਹਾ, ਔਰ ਉਸ 'ਤੇ $2600 ਦਾ ਜਿਹੜਾ ਇਨਾਮ ਲੱਗਿਆ, ਔਰ ਗੁੱਜਰ ਸਾਹਿਬ ਉਹ ਪਕੜ ਲਿਆ। ਗੁੱਜਰ ਦਾ ਮਾਸ਼ਾਅੱਲਾ ਥੋੜ੍ਹਾ ਜਿਸਮ ਹੋ ਕੇ ਉਸ ਵੀ ਪਾਕਿਸਤਾਨ ਇੰਡੀਆ ਦਾ ਕੋਈ ਪਲੇਅਰ ਨਹੀਂ ਜਿਸ 'ਤੇ ਜੱਫਾ ਨਾ ਕੀਤੇ ਆਵੇ। ਜੱਫਾ ਕਰ ਸਕਦਾ ਨਫੀਸ ਗੁੱਜਰ? ਜੀ ਜੀ, ਅੱਜ ਵੀ ਕਰ ਸਕਦਾ, ਮਾਸ਼ਾਅੱਲਾ ਬੜਾ ਟੈਲੈਂਟ ਹੈ ਉਸ ਵਿੱਚ।